ਲਓ ਜੀ ਨਵਾਂ ਗਾਣਾ ਜਿਹਦਾ ਨਾਮ ਹੈ ਗੁੰਡਾਗਰਦੀ। ਚੇਂਜ ਹੋ ਸਕਦਾ ਨਾਮ ਫਿਰ ਸੇ ਵਹੀ ਟੀਮ। ਸਤਿ ਸ਼੍ਰੀ ਅਕਾਲ ਜੀ, ਸਿੱਪੀ ਗਿੱਲ ਇੱਕ ਅਜਿਹੇ ਪੰਜਾਬੀ ਸਿੰਗਰ ਤੇ ਐਕਟਰ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ ਟਾਈਗਰ ਅਲਾਈਵ, ਤੇ ਆਉਂਦੇ ਸਮੇਂ ਦੇ ਵਿੱਚ ਸਾਨੂੰ ਐਕਟ ਕਰਦੇ ਦਿਖਣਗੇ ਫਿਲਮ ਜੱਦੀ ਸਰਦਾਰ ਦੇ ਵਿੱਚ। ਸਿੱਪੀ ਗਿੱਲ ਨੇ ਹਾਲ ਹੀ ਦੇ ਵਿੱਚ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਕਿ ਬਹੁਤ ਹੀ ਜਲਦ ਸਿੱਪੀ ਗਿੱਲ ਇੱਕ ਡੂਇਟ ਸੌਂਗ ਲੈ ਕੇ ਆ ਰਹੇ ਨੇ ਜਿਸ ਦਾ ਨਾਮ ਹੈ ਬਲੱਡ ਲਾਈਨ। ਪਰ ਸਿੱਪੀ ਗਿੱਲ ਨੇ ਹੁਣ ਆਪਣੇ ਇੱਕ ਹੋਰ ਨਵੇਂ ਆਉਣ ਵਾਲੇ ਗਾਣੇ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਸਿੱਪੀ ਗਿੱਲ ਨੇ ਆਪਣੇ ਨਵੇਂ ਆਉਣ ਵਾਲੇ ਗਾਣੇ ਦੀ ਇਨਫੋਰਮੇਸ਼ਨ ਆਪਣੇ ਸਨੈਪਚੈਟ ਅਕਾਊਂਟ ਤੇ ਵੀਡੀਓ ਨੂੰ ਪੋਸਟ ਕਰਕੇ ਦਿੱਤੀ ਹੈ। ਸਿੱਪੀ ਗਿੱਲ ਨੇ ਆਪਣੇ ਇਸ ਗਾਣੇ ਦਾ ਨਾਮ ਗੁੰਡਾਗਰਦੀ ਦੱਸਿਆ, ਪਰ ਨਾਲ ਹੀ ਨਾਲ ਸਿੱਪੀ ਨੇ ਇਹ ਵੀ ਕਿਹਾ ਕਿ ਇਸ ਗਾਣੇ ਦਾ ਨਾਮ ਚੇਂਜ ਵੀ ਹੋ ਸਕਦਾ ਹੈ। ਸਿੱਪੀ ਗਿੱਲ ਨੇ ਆਪਣੇ ਇਸ ਗਾਣੇ ਦੇ ਨਾਮ ਨੂੰ ਲੈ ਕੇ ਆਪਣੇ ਫੈਨਸ ਤੋਂ ਰਾਏ ਵੀ ਮੰਗੀ ਹੈ। ਹੋਰ ਕੀ ਦੱਸਿਆ ਸਿੱਪੀ ਨੇ ਇਸ ਨਵੇਂ ਗਾਣੇ ਦੇ ਬਾਰੇ, ਤੁਸੀਂ ਖੁਦ ਦੇਖੋ ਇਸ ਵੀਡੀਓ ਦੇ ਵਿੱਚ। ਲਓ ਜੀ ਨਵਾਂ ਗਾਣਾ ਜਿਹਦਾ ਨਾਮ ਹੈ ਗੁੰਡਾਗਰਦੀ। ਚੇਂਜ ਹੋ ਸਕਦਾ ਨਾਮ ਫਿਰ ਸੇ ਵਹੀ ਟੀਮ। ਮਿਸਟਰ ਦੀਪ ਇਨ ਦਾ ਹਾਊਸ, ਮਿਸਟਰ ਦੀਵਾਨ ਐਂਡ ਲਾਲਾ ਜੀ ਆਲਵੇਸ ਵੈਸਟਰਨ ਪੇਂਡੂ। ਬੜੀ ਜਲਦੀ ਗੁੰਡਾਗਰਦੀ ਟਾਈਗਰ ਲਾਈਵ, ਹੁਣ ਨੈਕਸਟ ਗੁੰਡਾਗਰਦੀ ਤੇ ਸੋ ਮੈਨੀ ਅਦਰ ਥਿੰਗਸ ਕਮਿੰਗ। ਅੱਜ ਦੋ ਗਾਣੇ ਬਣਾਉਣੇ ਨੇ ਬੈਠ ਕੇ, ਠੀਕ ਹੈ ਡਾਰਲਿੰਗ, ਪੀ ਲੋ ਬਲੈਕ ਕਾਫੀਆਂ। ਗਾਣੇ ਦਾ ਨਾਂ ਚੇਂਜ ਹੋ ਸਕਦਾ ਬਟ ਗੁੰਡਾਗਰਦੀ ਸਾਨੂੰ ਘੈਂਟ ਲੱਗਦਾ, ਤੁਹਾਨੂੰ ਕਿਵੇਂ ਲੱਗਾ ਦੱਸਿਓ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਦੇ ਇਸ ਆਉਣ ਵਾਲੇ ਗਾਣੇ ਦਾ ਮਿਊਜ਼ਿਕ ਕਰ ਰਹੇ ਨੇ ਵੈਸਟਰਨ ਪੇਂਡੂ, ਤੇ ਬਹੁਤ ਜਲਦ ਇਸ ਗਾਣੇ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਸੋ ਕਿੰਨੀ ਗੁੜੀ ਕਾ ਤੁਹਾਨੂੰ ਸਿੱਪੀ ਗਿੱਲ ਦੇ ਇਸ ਨਵੇਂ ਆਉਣ ਵਾਲੇ ਗਾਣੇ ਦੀ ਜਿਸ ਦਾ ਮਿਊਜ਼ਿਕ ਕਰਨਗੇ ਵੈਸਟਰਨ ਪੇਂਡੂਸ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ, ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।